ਹਾਂਜੀ ਹਾਂਜੀ ਸਾਡੇ ਮਾਨਯੋਗ ਡੀ ਆਈ ਸਾਹਿਬ ਪਟਿਆਲਾ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਅਤੇ ਸਾਡੇ ਪਟਿਆਲਾ ਦੇ ਐੱਸ ਐੱਸ ਪੀ ਸਾਹਿਬ ਡਾਕਟਰ ਨਾਨਕ ਸਿੰਘ ਆਈ ਪੀ ਐੱਸ ਵੱਲੋਂ ਜਿਹੜੇ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਕੱਲ੍ਹ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਅਗਵਾਈ ਹੇਠ ਇੱਥੇ ਨਾਕਾ ਲਾਇਆ ਹੋਇਆ ਸੀਗਾ ਬਸੰਤਪੁਰੇ ਕੋਲ, ਅਤੇ ਉੱਥੇ ਬਸਾਂ ਚੈਕਿੰਗ ਕਰ ਰਹੇ ਸੀ ਰੂਟੀਨ ਦੇ ਵਿੱਚ, ਸਪੈਸ਼ਲ ਨਾਕਾਬੰਦੀ ਸੀ, ਅਤੇ ਉੱਥੇ ਇੱਕ ਇਹਨਾਂ ਨੂੰ ਸ਼ੱਕੀ ਨਜੀਰੀਅਨ ਲੜਕੀ ਜੇ ਦਿਖਾਈ ਦਿੱਤੀ ਜਿਹਨੂੰ ਲੇਡੀ ਕਾਂਸਟੇਬਲ ਪਰਮਜੀਤ ਅਤੇ ਉੱਥੇ ਜਿਹੜੇ ਉੱਥੋਂ ਦੇ ਇੰਚਾਰਜ ਸੀ ਨਾਕਾ ਦੇ ਐੱਸ ਆਈ ਪਰਮਜੀਤ, ਇਹਨਾਂ ਨੇ ਉਹਨੂੰ ਜਿਹੜੀ ਲੇਡੀ ਕਾਂਸਟੇਬਲ ਸੀ ਉਹਨੇ ਜਦੋਂ ਇੱਕਦਮ ਸਾਈਡ 'ਤੇ ਜਾਣ ਲੱਗੀ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ, ਜਿਹਨੇ ਆਪਣਾ ਨਾਮ ਬਰਨੀਸ਼ ਚੈਲਮਾ ਵਾਸੀ ਇਹ ਜੈਬੀਆ ਨਾਈਜੀਰੀਅਨ ਲੜਕੀ ਹੈ ਇਹ, ਉਹਨੇ ਦੱਸਿਆ ਉਹਦੇ ਕੋਲ ਕਾਲੇ ਰੰਗ ਦਾ ਬੈਗ ਸੀ ਅਤੇ ਉਹਦੇ ਵਿੱਚ ਕੋਈ ਨਸ਼ੀਲਿਆ ਚੀਜ਼ ਜਾਪਦੀ ਸੀ। ਜਦੋਂ ਉਹਨਾਂ ਨੇ ਇੱਦਾਂ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ੀਆਂ ਨਸ਼ੀਲੀਆਂ ਸਿਰਪ ਦੀਆਂ ਮਿਲੀਆਂ ਜਿਹੜੀ ਕਡੀਨ ਫੋਸਫੇਟ ਹੈ ਜਿਵੇਂ ਕੋਰੈਕਸ ਸਿਰਪ ਸੀਗੀ, ਅਤੇ ਉੱਥੇ ਮੌਕੇ 'ਤੇ ਪੁੱਛਗਿੱਛ ਕੀਤੀ ਉਹਦੀ ਅਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ, ਉੱਥੇ ਪੜ੍ਹਦੀ ਹੈ, ਕਰੀਬ 22-23 ਸਾਲ ਉਮਰ ਸੀ ਉਹਦੀ, ਅਤੇ ਉਹਨੂੰ ਕਾਬੂ ਕੀਤਾ। ਉਹ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੇ ਮੌਕੇ 'ਤੇ ਪੁੱਛਗਿੱਛ ਕੀਤੀ ਅਤੇ ਉਹਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੋਨ, ਉਹ ਵੀ ਪਹਿਲਾਂ ਕਪੂਰਥਲੇ ਜੇਲ੍ਹ ਦੇ ਵਿੱਚ ਬੰਦ ਹੈ, ਉਹ ਵੀ ਕਪੂਰਥਲੇ ਡਿਸਟ੍ਰਿਕਟ 'ਚ ਉਹਦੇ 600 ਗੋਲੀਆਂ ਤੋਂ ਬਰਾਮਦ ਹੋਈਆਂ ਸੀ ਕਰੀਬ, ਅਤੇ 1-2 ਹੋਰ ਪਰਚੇ ਨੇ, ਅਤੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ਼ FIR ਨੰਬਰ 78-22-61-85 ਤਹਿਤ ਦਿੱਤੀ ਹੈ। ਅਤੇ ਟੀਮ ਸਦਰ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ, ਸ਼ਲਾਘਾਯੋਗ। ਹਾਂਜੀ ਆਪਣੇ ਪੀਣ ਵਾਸਤੇ ਲਿਆਈ ਸੀ ਜਾਂ ਵੇਚਣ ਵਾਸਤੇ? ਨਹੀਂ ਇੰਨੀਆਂ ਸ਼ੀਸ਼ੀਆਂ ਪੀ ਤਾਂ ਨਹੀਂ ਸਕਦੀ ਜੀ, ਇਹ 45 ਹੈ ਇਹ, ਅਤੇ ਇਹ ਤਾਂ ਅੱਗੇ ਸੇਲ ਵਾਸਤੇ ਹੀ ਹੈ ਜੀ। ਬਾਕੀ ਇਹ ਕੱਲ੍ਹ ਸ਼ਾਮ ਨੂੰ ਅਸੀਂ ਪਰਚਾ ਦਿੱਤਾ 22 ਤਰੀਕ ਨੂੰ, ਅਤੇ ਹੁਣ ਅਸੀਂ ਰਿਮਾਂਡ ਲੈ ਕੇ ਟੋਟਲ ਸਾਰੀ ਪੁੱਛਗਿੱਛ ਕਰਾਂਗੇ। ਹਜੇ ਤਾਂ ਇਹਨੇ ਪੁੱਛਗਿੱਛ ਆਪਣਾ ਨਾਮ ਵਗੈਰਾ ਦੱਸਿਆ ਅਤੇ ਹੋਰ ਡਾਕੂਮੈਂਟ ਇਹਦੇ ਲਏ ਆ, ਪਰ ਇਹ ਮੌਕੇ 'ਤੇ ਕੋਈ ਵੀ ਇਹ ਡਰੱਗ ਦੇ ਸੰਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਵੀ ਇਹ ਬਿੱਲ ਵਗੈਰਾ ਕੁਛ ਨਹੀਂ ਪੇਸ਼ ਕਰ ਸਕੀ, ਜਿਹਦੇ ਕਰਕੇ ਇਹਦੇ ਖਿਲਾਫ਼ 22 ਲੈ ਕੇ ਆ ਰਹੇ ਸੀ। ਪਹਿਲਾਂ ਵੀ ਕਿੱਥੋਂ ਲੈ ਕੇ ਆਉਂਦੇ ਸੀ, ਅੱਗੇ ਕਿੱਥੇ ਸਪਲਾਈ ਕਰਦੇ? ਇਹ ਜੀ ਹਜੇ ਤੱਕ ਤਾਂ ਇਹੀ ਪਤਾ ਲੱਗਿਆ ਵੀ ਦਿੱਲੀ ਨੋਇਡਾ ਉੱਧਰ ਦੇ ਏਰੀਏ ਤੋਂ ਆ ਰਹੀ ਸੀ ਜੀ, ਅਤੇ ਬਾਕੀ ਹਜੇ ਪੁੱਛ ਕੇ 'ਚ ਰਿਮਾਂਡ ਲਵਾਂਗੇ ਸਾਰੇ। ਪੁਰਾਣਾ ਕੋਈ ਕ੍ਰਾਈਮ ਕੁਛ ਹੋਰ ਕੋਈ ਬੈਕਗ੍ਰਾਊਂਡ ਕੁਛ? ਹਜੇ ਚੈੱਕ ਕਰਾਂਗੇ ਜੀ, ਜਿਵੇਂ ਇਹਦਾ ਭਰਾ ਦਾ ਸਾਨੂੰ ਪਤਾ ਲੱਗ ਗਿਆ ਵੀ ਉਹਦੇ ਖਿਲਾਫ਼ ਅਸੀਂ FIR ਵੀ ਕੱਢ ਲਈ ਹੈ, ਅਤੇ ਇਹਦਾ ਵੀ ਹਜੇ ਕ੍ਰਾਈਮ ਅਸੀਂ ਥੋਰੋਲੀ ਚੈੱਕ ਕਰਾਂਗੇ। ਜਿਵੇਂ ਸਰ ਇੱਕ ਸਿੰਥੈਟਿਕ ਡਰੱਗ ਦੀ ਕੋਲ ਹੁੰਦੀ ਹੈ, ਇਹ ਕੀ ਉਸ 'ਚ ਵੀ ਯੂਜ਼ ਹੁੰਦੀ ਹੈ ਕਿਸ ਤਰ੍ਹਾਂ? ਹੋ ਸਕਦੀ ਹੈ ਜੀ, ਇਹ ਡਰੱਗਸ ਹੈ ਜੀ, ਕਈ ਤਰ੍ਹਾਂ ਨਾਲ ਯੂਜ਼ ਕਰਦੇ ਆ ਜੀ ਇਹ, ਇਹ ਸ਼ੀਸ਼ੀਆਂ ਹੈਗੀਆਂ ਕੋਰੈਕਸ ਦੀਆਂ, ਬੈਂਡ ਆ ਆਲਰੇਡੀ, ਅਤੇ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ, ਇਹਦੇ ਕੋਲ ਕੋਈ ਵੀ ਆਪਣਾ ਡਾਕੂਮੈਂਟ, ਬਹੁਤ ਹੈਵੀ ਕੁਆਂਟਿਟੀ ਕਮਰਸ਼ੀਅਲ ਕੁਆਂਟਿਟੀ 'ਚ ਹੁੰਦੀਆਂ ਜੀ। ਉੱਥੇ ਕੀ ਕਰ ਰਹੀ ਸੀਗੀ ਇਹ? ਉੱਥੇ ਜੀ
ਕਿਸੇ ਪੜ੍ਹਦੀ ਅਜੇ ਅਸੀਂ ਯੂਨੀਵਰਸਿਟੀ ਤੋਂ ਪਤਾ ਕਰਾਂਗੇ, ਇਹਨੇ ਪੂਰੀ ਤਰ੍ਹਾਂ ਨਹੀਂ ਦੱਸਿਆ ਹਜੇ ਤੱਕ, ਇਹੀ ਦੱਸਿਆ ਵੀ ਮੈਂ ਲਵਲੀ ਯੂਨੀਵਰਸਿਟੀ 'ਚ ਪੜ੍ਹਦੀ ਹਾਂ, ਮੈਨੂੰ ਲੱਗਦਾ ਸੈਕਿੰਡ ਈਅਰ ਜਾਂ ਥਰਡ ਈਅਰ ਦੀ ਸਟੂਡੈਂਟ, ਇਹਦਾ ਕਾਰਡ ਵੀ ਮਿਲਿਆ ਉੱਥੋਂ, ਕਾਰਡ ਮਿਲੇ ਨੇ ਹਾਂਜੀ, ਅਤੇ ਬੱਚਿਆਂ ਨੂੰ ਵੀ ਅੱਗੇ ਸਪਲਾਈ ਵਗੈਰਾ ਸਿਸਟਮ ਕੋਈ ਲੱਗਿਆ? ਇਹ ਸਾਰਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ, ਅਤੇ ਉਦੋਂ ਸਾਰਾ ਦੇਖਾਂਗੇ ਵੀ ਕਿਹਨੂੰ ਸਪਲਾਈ ਕਰਦੀ ਸੀ ਜਾਂ ਕਿਵੇਂ, ਕਿੰਨੀ ਸ਼ੀਸ਼ੇ ਜਿਹੜੀ ਇਹਦੀ ਕੁਆਂਟਿਟੀ ਜਿਹੜੀ ਕਮਰਸ਼ੀਅਲ 'ਚ ਆ ਜਾਂਦੀ ਹੈ? ਇਹ ਤਾਂ ਜੀ ਬਾਕੀ ਤਾਂ ਸਾਲ ਦੇ ਹਿਸਾਬ ਨਾਲ ਮੈਨੂੰ ਸੱਤ ਅੱਠ ਸ਼ੀਸ਼ਿਆਂ ਤੋਂ ਬਾਅਦ, ਸੱਤ ਸ਼ੀਸ਼ਿਆਂ ਤੋਂ ਬਾਅਦ ਕਮਰਸ਼ੀਅਲ 'ਚ ਆ ਜਾਂਦੀ ਹੈ, ਇਹ 45 ਹੈ ਜੀ, ਸੱਤ ਅੱਠ ਸ਼ੀਸ਼ਿਆਂ ਤੋਂ ਬਾਅਦ ਇਹ ਕਮਰਸ਼ੀਅਲ 'ਚ ਆ ਜਾਂਦੀ। ਆਪਾਂ ਇਹ ਵੀ ਕਹਿ ਸਕਦੇ ਜਿਵੇਂ ਹੋਸਟਲ ਵਗੈਰਾ ਜੇ ਰਹਿੰਦੀ ਹੋਵੇ ਜਾਂ ਹੋਸਟਲ ਦੇ ਵਿਦਿਆਰਥੀਆਂ ਨੂੰ ਵੀ ਸਪਲਾਈ ਕਰਦੀ ਹੋਵੇ।